ਜਿਹੜੀ ਥਾਂ ਤੇ ਬੈਠ ਸ਼ਖਸ ਨਸ਼ਾ ਕਰ ਰਿਹਾ ਏ, ਇਸੇ ਥਾਂ ਤੇ ਬੀਤੇ ਕੱਲ ਇੱਕ ਸੈਮੀਨਾਰ ਕੈਂਪ ਲੱਗਿਆ ਸੀ ਜਿਸ ਦੇ ਵਿੱਚ ਜਾਗਰੂਕ ਕੀਤਾ ਗਿਆ। ਉਸ ਕੈਂਪ ਦੇ ਮੁੱਖ ਮਹਿਮਾਨ ਸਨ ਪਰਵਿੰਦਰ ਝੋਟਾ, ਜੋ ਕਿ ਨਸ਼ਿਆਂ ਦੇ ਵਿਰੁੱਧ ਹਰ ਰੋਜ਼ ਕੋਈ ਨਾ ਕੋਈ ਕਾਰਵਾਈ ਕਰਦੇ ਨਜ਼ਰ ਆਉਂਦੇ ਨੇ। ਪਰ ਇਸ ਥਾਂ ਤੇ ਅਗਲੇ ਹੀ ਦਿਨ ਦੇਖੋ ਕਿਵੇਂ ਇਹ ਨੌਜਵਾਨ ਸ਼ਰੇਆਮ ਨਸ਼ਾ ਕਰ ਰਿਹਾ ਏ। ਕੱਪੜੇ ਕੁੱਪੜੇ ਖੋਲ੍ਹ ਕੇ ਟੀਕੇ ਦੇ ਵਿੱਚ ਚਿੱਟਾ ਭਰ ਕੇ ਇਸਨੇ ਲਾਇਆ ਹੀ ਸੀ ਕਿ ਮੌਕੇ ਤੇ ਲੋਕ ਪਹੁੰਚ ਗਏ। ਉਹਨਾਂ ਦੇ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਤਾਂ ਮੁੰਡਾ ਵੀਡੀਓ ਦੇ ਵਿੱਚ ਨਸ਼ਾ ਛੱਡਣ ਦੀ ਗੱਲ ਆਖ ਰਿਹਾ ਏ। ਉਸਦਾ ਕਹਿਣਾ ਹੈ ਕਿ ਸਰਕਾਰ ਨਸ਼ਾ ਬੰਦ ਕਰਾਵੇ, ਸਾਡੇ ਤੋਂ ਛੱਡਿਆ ਹੀ ਨਹੀਂ ਜਾਂਦਾ, ਕੀ ਕਰੀਏ। ਜਦ ਉਸਨੂੰ ਸਵਾਲ ਕੀਤਾ ਗਿਆ ਕਿ ਤੂੰ ਨਸ਼ਾ ਖਰੀਦਿਆ ਕਿੱਥੋਂ ਹੈ ਤਾਂ ਉਸਨੇ ਜਵਾਬ ਦੇ ਵਿੱਚ ਇਹ ਦੱਸਿਆ। ਤਾਂ ਤੁਸੀਂ ਸੁਣੀ ਲਿਆ ਕਿ 500-500 ਦਾ ਨਸ਼ਾ ਇਹ ਸ਼ਖਸ ਰੋਜ਼ਾਨਾ ਕਰਦਾ ਹੈ। ਇੱਕ ਆਮ ਘਰ ਦਾ ਮਜ਼ਦੂਰ ਰੋਜ਼ਾਨਾ ਦੀ ਉਸਦੀ ਕਮਾਈ ਇੰਨੀ ਨਹੀਂ ਹੁੰਦੀ ਜਿੰਨੇ ਇਹ ਨੌਜਵਾਨ ਨਸ਼ਾ ਕਰੀ ਜਾਂਦਾ ਹੈ। ਤਾਂ ਹੁਣ ਹਾਲ ਦੇਖ ਲਵੋ ਕੀ ਹੋ ਗਿਆ। ਨੌਜਵਾਨ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ, ਉਹ ਖੁਦ ਨਸ਼ਾ ਛੱਡਣਾ ਚਾਹੁੰਦੇ ਨੇ ਪਰ ਛੱਡਿਆ ਨਹੀਂ ਜਾਂਦਾ। ਇਹ ਆਪਣੇ ਆਪ ਨੂੰ ਨਵਾਂ ਸ਼ਹਿਰ ਦਾ ਦੱਸ ਰਿਹਾ ਹੈ ਤੇ ਇਸਦਾ ਕਹਿਣਾ ਹੈ ਕਿ ਕਰੀਬ ਪਿਛਲੇ ਇੱਕ ਸਾਲ ਤੋਂ ਇਹ ਹਰ ਰੋਜ਼ ਨਸ਼ੇ ਦੇ ਇੰਜੈਕਸ਼ਨ ਲਗਾ ਰਿਹਾ ਹੈ ਤੇ 500 ਰੁਪਏ ਦਾ ਚਿੱਟਾ ਇਹ ਰੋਜ਼ ਪੀਂਦਾ ਹੈ। ਤਾਂ ਦੇਖੋ ਇਹ ਵੀਡੀਓ ਜਿਸ ਦੇ ਵਿੱਚ ਇਹ ਅਪੀਲ ਕਰ ਰਿਹਾ ਹੈ ਕਿ ਇਸਦਾ ਜਲਦ ਤੋਂ ਜਲਦ ਨਸ਼ਾ ਛੁਡਾਇਆ ਜਾਵੇ, ਨਹੀਂ ਤਾਂ ਇਸਦੀ ਮੌਤ ਹੋ ਜਾਵੇਗੀ। ਕਿੱਥੋਂ ਹੀ ਲਿਆ ਸੀਗਾ? ਕਿੱਥੋਂ ਨਾ ਦੱਸ ਬੰਦੇ ਦਾ ਜੇ ਕੋਈ ਲਿਆ। ਬੀਬੀ ਤੋਂ? ਕਿੱਥੋਂ? ਬੀਬੀ ਤੋਂ। ਬੀਬੀ ਤੋਂ ਕਿੰਨੇ ਦਾ ਲੈ ਕੇ ਆਇਆ? 500 ਰੁਪਏ ਦਾ। 500 ਰੁਪਏ ਰੋਜ਼ ਲੈਣਾ? ਨਾ। ਕਿੰਨਾ ਚਿਰ ਹੋ ਗਿਆ? ਇੱਕ ਸਾਲ ਹੋ ਗਿਆ। ਟੀਕਾ ਲੈ? ਟੀਕਾ ਰੋਜ਼ ਲੈਣਾ? ਨਾ। ਹਾਂ, ਰੋਜ਼ ਹੀ ਲੈਣਾ। ਯਾਨੀ ਕਿ ਮਿਲਦਾ ਪੂਰਾ ਮਾਲ? ਹਾਂਜੀ, ਇੱਥੇ ਮਿਲਦਾ ਮਿਲਦਾ ਆਰਾਮ ਰਹਿਣਾ। ਇੱਕ ਗੱਲ ਦੱਸ, ਪੁਲਿਸ ਨੂੰ ਕੀ ਕਹਿਣਾ ਚਾਹੁੰਦਾ, ਵੀ ਬੰਦ ਹੋਣਾ ਚਾਹੀਦਾ ਕਿ ਨਹੀਂ? ਹਾਂਜੀ, ਇੱਥੇ ਬੰਦ ਹੋਣਾ ਚਾਹੀਦਾ ਜੀ। ਸਿਰਿੰਜ ਉੱਪਰ ਗੱਲ? ਸਿਰਿੰਜ ਉੱਪਰ ਗੱਲ ਤਾਂ ਇਹ ਜਿਹੜਾ ਧੜੱਲੇ ਦੇ ਨਾਲ ਇੱਥੇ ਸਮਾਨ ਵਿਕ ਰਿਹਾ ਆ, ਸ਼ਰੇਆਮ ਵਿਕ ਰਿਹਾ ਆ, ਇਹੀ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਥੋੜ੍ਹੀ, ਜਿਹਦੇ ਨਾਲ ਮੇਰੇ ਵਰਗੇ ਨੌਜਵਾਨ ਜਿਹੜੇ ਮੌਤ ਦੇ ਨਜ਼ਦੀਕ ਪਹੁੰਚ ਰਹੇ ਆ, ਮਰਨ ਦੇ ਕਿਨਾਰੇ ਪਹੁੰਚ ਰਹੇ ਆ, ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ। ਸਰਕਾਰ ਨੂੰ ਅਪੀਲ ਆ ਜੀ ਕਿ ਜਿਹੜੀ ਆ ਜ਼ਿੰਦਗੀ, ਤੈਨੂੰ ਕੁਛ ਕਿਹਾ ਤਾਂ ਨਹੀਂ? ਨਹੀਂ, ਕੋਈ ਕੁਛ ਨਹੀਂ ਕਿਹਾ ਹੈਗਾ।